ਦੇਖੋ ਜੀ, ਵੋਟ ਆਪਣੀ ਸੋਚ ਸਮਝ ਕੇ ਪਾਓ। ਮਤਦਾਨ ਹੈ, ਇਹ ਤੁਹਾਡੀ ਅਕਲ ਦਾ ਦਾਨ ਹੈ, ਜਿਹਨੂੰ ਪਾਣੀ ਸੋਚ ਸਮਝ ਕੇ ਪਾਣੀ। ਔਰ ਵੋਟ ਤੁਹਾਡਾ ਹੱਕ ਹੈ, ਔਰ ਲੋਕਤੰਤਰ ਹੈ। ਡਾਕਟਰ ਭੀਮ ਰਾਓ ਬਾਬਾ ਸਾਹਿਬ ਨੇ ਜੋ ਵੋਟ ਦਾ ਅਧਿਕਾਰ ਦਿੱਤਾ ਸਭ ਨੂੰ, ਅਤੇ ਮੈਂ ਕਹਿੰਦਾ ਇੱਕ ਵਾਰੀ ਕੋਈ ਵਧੀਆ ਬੰਦਾ ਕੈਂਡੀਡੇਟ ਚੰਗਾ ਲੈ ਕੇ ਜਾਓ, ਜਿਹੜਾ ਤੁਹਾਡੀਆਂ ਆਵਾਜ਼ਾਂ, ਤੁਹਾਡੇ ਹੱਕ ਤੁਹਾਨੂੰ ਦਵਾ ਸਕੇ ਕਿ ਅਸੀਂ ਉੱਦਾਂ ਦੇ ਬੰਦਿਆਂ ਤੋਂ ਨਾ ਫਸੀਏ ਕਿ ਜੋ ਬੇਈਮਾਨ, ਕਰਪਟ ਔਰ ਧੋਖੇਬਾਜ ਬੰਦੇ, ਉਹਨਾਂ ਤੋਂ ਸਖ਼ਤ ਸਖ਼ਤ ਬਚੋ। ਵੋਟ ਪਾਉਣ ਦਾ ਤੁਹਾਡਾ ਅਧਿਕਾਰ ਹੈ, ਤੁਸੀਂ ਵੋਟ ਪਾ ਕੇ ਸਫਲਤਾ ਲਓ। ਜਿਹਨੂੰ ਵੀ ਬਣਾਉਣਾ ਕੈਂਡੀਡੇਟ, ਵਧੀਆ ਬੰਦੇ ਨੂੰ ਕੈਂਡੀਡੇਟ ਬਣਾ ਕੇ ਆਪਣੇ ਵਧੀਆ ਚੁਣਿੰਦਾ ਬੰਦੇ ਚੁਣ ਕੇ। ਤੁਸੀਂ ਆਪਣੀ ਜਿੱਤ ਨੂੰ ਕੀ ਲਾ ਕੇ ਕਿੱਦਾਂ ਕੇ ਦੇਖਦੇ ਹੋ? ਦੇਖੋ, ਮੈਂ ਕਹਿੰਦਾ ਜੀ, ਜਿੰਨੇ ਮਨੁੱਖ ਉਹਨੇ ਰੁੱਖ ਵੀ ਲਾਓ, ਕਿਉਂਕਿ ਰੁੱਖ ਘੱਟ ਰਹੇ ਆ, ਮਨੁੱਖ ਵੀ ਘੱਟ ਰਹੇ ਆ। ਔਰ ਇਹ ਮੰਤਰੀਆਂ ਨੇ ਕਿਸੇ ਸੰਦੇਸ਼ ਨਹੀਂ ਦਿੱਤਾ ਹੋਣਾ ਜਿਹੜਾ ਮੈਂ ਦਿੱਤਾ ਵਾ, ਰੁੱਖ ਬਚਾਓ, ਮਨੁੱਖ ਬਚਾਓ, ਕਿਉਂਕਿ ਮਨੁੱਖਤਾ ਦਾ ਪ੍ਰਤਾਪ ਇਹ ਰੁੱਖ ਵਾ। ਹਵਾ, ਪਾਣੀ, ਪ੍ਰਦੂਸ਼ਣ ਸਭ ਰੁੱਖ ਦਿੰਦੇ ਆ। ਅਤੇ ਪਲੀਸ, ਔਰ ਵੱਧ ਤੋਂ ਚਿੜੀਆਂ ਕਾਵਾਂ ਨੂੰ ਪਾਣੀ ਪਿਆਓ, ਭਲਾ ਕਰੋ। ਔਰ ਮੇਰੀ ਜਿੱਤ ਪੱਕੀ ਹੈ ਜੀ, ਮੈਂ ਐਲਾਨ ਹੋਣਾ ਬਾਕੀ ਹੈ, ਵੋਟਰਾਂ ਨੇ ਕਹਿ ਦਿੱਤਾ, ਵੋਟ ਪਾਉਣੀ ਬਾਕੀ ਹੈ। ਦੇਖੋ ਜੀ, ਵੋਟ ਆਪਣੀ ਸੋਚ ਸਮਝ ਕੇ ਪਾਓ। ਮਤਦਾਨ ਹੈ, ਇਹ ਤੁਹਾਡੀ ਅਕਲ ਦਾ ਦਾਨ ਹੈ, ਜਿਹਨੂੰ ਪਾਣੀ ਸੋਚ ਸਮਝ ਕੇ ਪਾਣੀ। ਔਰ ਵੋਟ ਤੁਹਾਡਾ ਹੱਕ ਹੈ, ਔਰ ਲੋਕਤੰਤਰ ਹੈ। ਡਾਕਟਰ ਭੀਮ ਰਾਓ ਬਾਬਾ ਸਾਹਿਬ ਨੇ ਜੋ ਵੋਟ ਦਾ ਅਧਿਕਾਰ ਦਿੱਤਾ ਸਭ ਨੂੰ, ਅਤੇ ਮੈਂ ਕਹਿੰਦਾ ਇੱਕ ਵਾਰੀ ਕੋਈ ਵਧੀਆ ਬੰਦਾ ਕੈਂਡੀਡੇਟ ਚੰਗਾ ਲੈ ਕੇ ਜਾਓ, ਜਿਹੜਾ ਤੁਹਾਡੀਆਂ ਆਵਾਜ਼ਾਂ, ਤੁਹਾਡੇ ਹੱਕ ਤੁਹਾਨੂੰ ਦਵਾ ਸਕੇ ਕਿ ਅਸੀਂ ਉੱਦਾਂ ਦੇ ਬੰਦਿਆਂ ਤੋਂ ਨਾ ਫਸੀਏ ਕਿ ਜੋ ਬੇਈਮਾਨ, ਕਰਪਟ ਔਰ ਧੋਖੇਬਾਜ ਬੰਦੇ, ਉਹਨਾਂ ਤੋਂ ਸਖ਼ਤ ਸਖ਼ਤ ਬਚੋ। ਵੋਟ ਪਾਉਣ ਦਾ ਤੁਹਾਡਾ ਅਧਿਕਾਰ ਹੈ, ਤੁਸੀਂ ਵੋਟ ਪਾ ਕੇ ਸਫਲਤਾ ਲਓ। ਜਿਹਨੂੰ ਵੀ ਬਣਾਉਣਾ ਕੈਂਡੀਡੇਟ, ਵਧੀਆ ਬੰਦੇ ਨੂੰ ਕੈਂਡੀਡੇਟ ਬਣਾ ਕੇ ਆਪਣੇ ਵਧੀਆ ਚੁਣਿੰਦਾ ਬੰਦੇ ਚੁਣ ਕੇ। ਤੁਸੀਂ ਆਪਣੀ ਜਿੱਤ ਨੂੰ ਕੀ ਲਾ ਕੇ ਕਿੱਦਾਂ ਕੇ ਦੇਖਦੇ ਹੋ? ਦੇਖੋ, ਮੈਂ ਕਹਿੰਦਾ ਜੀ, ਜਿੰਨੇ ਮਨੁੱਖ ਉਹਨੇ ਰੁੱਖ ਵੀ ਲਾਓ, ਕਿਉਂਕਿ ਰੁੱਖ ਘੱਟ ਰਹੇ ਆ, ਮਨੁੱਖ ਵੀ ਘੱਟ ਰਹੇ ਆ। ਔਰ ਇਹ ਮੰਤਰੀਆਂ ਨੇ ਕਿਸੇ ਸੰਦੇਸ਼ ਨਹੀਂ ਦਿੱਤਾ ਹੋਣਾ ਜਿਹੜਾ ਮੈਂ ਦਿੱਤਾ ਵਾ, ਰੁੱਖ ਬਚਾਓ, ਮਨੁੱਖ ਬਚਾਓ, ਕਿਉਂਕਿ ਮਨੁੱਖਤਾ ਦਾ ਪ੍ਰਤਾਪ ਇਹ ਰੁੱਖ ਵਾ। ਹਵਾ, ਪਾਣੀ, ਪ੍ਰਦੂਸ਼ਣ ਸਭ ਰੁੱਖ ਦਿੰਦੇ ਆ। ਅਤੇ ਪਲੀਸ, ਔਰ ਵੱਧ ਤੋਂ ਚਿੜੀਆਂ ਕਾਵਾਂ ਨੂੰ ਪਾਣੀ ਪਿਆਓ, ਭਲਾ ਕਰੋ। ਔਰ ਮੇਰੀ ਜਿੱਤ ਪੱਕੀ ਹੈ ਜੀ, ਮੈਂ ਐਲਾਨ ਹੋਣਾ ਬਾਕੀ ਹੈ, ਵੋਟਰਾਂ ਨੇ ਕਹਿ ਦਿੱਤਾ, ਵੋਟ ਪਾਉਣੀ ਬਾਕੀ ਹੈ। ਦੇਖੋ ਜੀ, ਵੋਟ ਆਪਣੀ ਸੋਚ ਸਮਝ ਕੇ ਪਾਓ। ਮਤਦਾਨ ਹੈ, ਇਹ ਤੁਹਾਡੀ ਅਕਲ ਦਾ ਦਾਨ ਹੈ, ਜਿਹਨੂੰ ਪਾਣੀ ਸੋਚ ਸਮਝ ਕੇ ਪਾਣੀ। ਔਰ ਵੋਟ ਤੁਹਾਡਾ ਹੱਕ ਹੈ, ਔਰ ਲੋਕਤੰਤਰ ਹੈ। ਡਾਕਟਰ ਭੀਮ ਰਾਓ ਬਾਬਾ ਸਾਹਿਬ ਨੇ ਜੋ ਵੋਟ ਦਾ ਅਧਿਕਾਰ ਦਿੱਤਾ ਸਭ ਨੂੰ, ਅਤੇ ਮੈਂ ਕਹਿੰਦਾ ਇੱਕ ਵਾਰੀ ਕੋਈ ਵਧੀਆ ਬੰਦਾ ਕੈਂਡੀਡੇਟ ਚੰਗਾ ਲੈ ਕੇ ਜਾਓ, ਜਿਹੜਾ ਤੁਹਾਡੀਆਂ ਆਵਾਜ਼ਾਂ, ਤੁਹਾਡੇ ਹੱਕ ਤੁਹਾਨੂੰ ਦਵਾ ਸਕੇ ਕਿ ਅਸੀਂ ਉੱਦਾਂ ਦੇ ਬੰਦਿਆਂ ਤੋਂ ਨਾ ਫਸੀਏ ਕਿ ਜੋ ਬੇਈਮਾਨ, ਕਰਪਟ ਔਰ ਧੋਖੇਬਾਜ ਬੰਦੇ, ਉਹਨਾਂ ਤੋਂ ਸਖ਼ਤ ਸਖ਼ਤ ਬਚੋ। ਵੋਟ ਪਾਉਣ ਦਾ ਤੁਹਾਡਾ ਅਧਿਕਾਰ ਹੈ, ਤੁਸੀਂ ਵੋਟ ਪਾ ਕੇ ਸਫਲਤਾ ਲਓ। ਜਿਹਨੂੰ ਵੀ ਬਣਾਉਣਾ ਕੈਂਡੀਡੇਟ, ਵਧੀਆ ਬੰਦੇ ਨੂੰ ਕੈਂਡੀਡੇਟ ਬਣਾ ਕੇ ਆਪਣੇ ਵਧੀਆ ਚੁਣਿੰਦਾ ਬੰਦੇ ਚੁਣ ਕੇ। ਤੁਸੀਂ ਆਪਣੀ ਜਿੱਤ ਨੂੰ ਕੀ ਲਾ ਕੇ ਕਿੱਦਾਂ ਕੇ ਦੇਖਦੇ ਹੋ? ਦੇਖੋ, ਮੈਂ ਕਹਿੰਦਾ ਜੀ, ਜਿੰਨੇ ਮਨੁੱਖ ਉਹਨੇ ਰੁੱਖ ਵੀ ਲਾਓ, ਕਿਉਂਕਿ ਰੁੱਖ ਘੱਟ ਰਹੇ ਆ, ਮਨੁੱਖ ਵੀ ਘੱਟ ਰਹੇ ਆ। ਔਰ ਇਹ ਮੰਤਰੀਆਂ ਨੇ ਕਿਸੇ ਸੰਦੇਸ਼ ਨਹੀਂ ਦਿੱਤਾ ਹੋਣਾ ਜਿਹੜਾ ਮੈਂ ਦਿੱਤਾ ਵਾ, ਰੁੱਖ ਬਚਾਓ, ਮਨੁੱਖ ਬਚਾਓ, ਕਿਉਂਕਿ ਮਨੁੱਖਤਾ ਦਾ ਪ੍ਰਤਾਪ ਇਹ ਰੁੱਖ ਵਾ। ਹਵਾ, ਪਾਣੀ, ਪ੍ਰਦੂਸ਼ਣ ਸਭ ਰੁੱਖ ਦਿੰਦੇ ਆ। ਅਤੇ ਪਲੀਸ, ਔਰ ਵੱਧ ਤੋਂ ਚਿੜੀਆਂ ਕਾਵਾਂ ਨੂੰ ਪਾਣੀ ਪਿਆਓ, ਭਲਾ ਕਰੋ। ਔਰ ਮੇਰੀ ਜਿੱਤ ਪੱਕੀ ਹੈ ਜੀ, ਮੈਂ ਐਲਾਨ ਹੋਣਾ ਬਾਕੀ ਹੈ, ਵੋਟਰਾਂ ਨੇ ਕਹਿ ਦਿੱਤਾ, ਵੋਟ ਪਾਉਣੀ ਬਾਕੀ ਹੈ। ਦੇਖੋ ਜੀ, ਵੋਟ ਆਪਣੀ ਸੋਚ ਸਮਝ ਕੇ ਪਾਓ। ਮਤਦਾਨ ਹੈ, ਇਹ ਤੁਹਾਡੀ ਅਕਲ ਦਾ ਦਾਨ ਹੈ, ਜਿਹਨੂੰ ਪਾਣੀ ਸੋਚ ਸਮਝ ਕੇ ਪਾਣੀ। ਔਰ ਵੋਟ ਤੁਹਾਡਾ ਹੱਕ ਹੈ, ਔਰ ਲੋਕਤੰਤਰ ਹੈ। ਡਾਕਟਰ ਭੀਮ ਰਾਓ ਬਾਬਾ ਸਾਹਿਬ ਨੇ ਜੋ ਵੋਟ ਦਾ ਅਧਿਕਾਰ ਦਿੱਤਾ ਸਭ ਨੂੰ, ਅਤੇ ਮੈਂ ਕਹਿੰਦਾ ਇੱਕ ਵਾਰੀ ਕੋਈ ਵਧੀਆ ਬੰਦਾ ਕੈਂਡੀਡੇਟ ਚੰਗਾ ਲੈ ਕੇ ਜਾਓ, ਜਿਹੜਾ ਤੁਹਾਡੀਆਂ ਆਵਾਜ਼ਾਂ, ਤੁਹਾਡੇ ਹੱਕ ਤੁਹਾਨੂੰ ਦਵਾ ਸਕੇ ਕਿ ਅਸੀਂ ਉੱਦਾਂ ਦੇ ਬੰਦਿਆਂ ਤੋਂ ਨਾ ਫਸੀਏ ਕਿ ਜੋ ਬੇਈਮਾਨ, ਕਰਪਟ ਔਰ ਧੋਖੇਬਾਜ ਬੰਦੇ, ਉਹਨਾਂ ਤੋਂ ਸਖ਼ਤ ਸਖ਼ਤ ਬਚੋ। ਵੋਟ ਪਾਉਣ ਦਾ ਤੁਹਾਡਾ ਅਧਿਕਾਰ ਹੈ, ਤੁਸੀਂ ਵੋਟ ਪਾ ਕੇ ਸਫਲਤਾ ਲਓ। ਜਿਹਨੂੰ ਵੀ ਬਣਾਉਣਾ ਕੈਂਡੀਡੇਟ, ਵਧੀਆ ਬੰਦੇ ਨੂੰ ਕੈਂਡੀਡੇਟ ਬਣਾ ਕੇ ਆਪਣੇ ਵਧੀਆ ਚੁਣਿੰਦਾ ਬੰਦੇ ਚੁਣ ਕੇ। ਤੁਸੀਂ ਆਪਣੀ ਜਿੱਤ ਨੂੰ ਕੀ ਲਾ ਕੇ ਕਿੱਦਾਂ ਕੇ ਦੇਖਦੇ ਹੋ? ਦੇਖੋ, ਮੈਂ ਕਹਿੰਦਾ ਜੀ, ਜਿੰਨੇ ਮਨੁੱਖ ਉਹਨੇ ਰੁੱਖ ਵੀ ਲਾਓ, ਕਿਉਂਕਿ ਰੁੱਖ ਘੱਟ ਰਹੇ ਆ, ਮਨੁੱਖ ਵੀ ਘੱਟ ਰਹੇ ਆ। ਔਰ ਇਹ ਮੰਤਰੀਆਂ ਨੇ ਕਿਸੇ ਸੰਦੇਸ਼ ਨਹੀਂ ਦਿੱਤਾ ਹੋਣਾ ਜਿਹੜਾ ਮੈਂ ਦਿੱਤਾ ਵਾ, ਰੁੱਖ ਬਚਾਓ, ਮਨੁੱਖ ਬਚਾਓ, ਕਿਉਂਕਿ ਮਨੁੱਖਤਾ ਦਾ ਪ੍ਰਤਾਪ ਇਹ ਰੁੱਖ ਵਾ। ਹਵਾ, ਪਾਣੀ, ਪ੍ਰਦੂਸ਼ਣ ਸਭ ਰੁੱਖ ਦਿੰਦੇ ਆ। ਅਤੇ ਪਲੀਸ, ਔਰ ਵੱਧ ਤੋਂ ਚਿੜੀਆਂ ਕਾਵਾਂ ਨੂੰ ਪਾਣੀ ਪਿਆਓ,
ਭਲਾ ਕਰੋ। ਪਰ ਮੇਰੀ ਜਿੱਤ ਪੱਕੀ ਹੈ ਜੀ, ਮੈਂ ਐਲਾਨ ਹੋਣਾ ਬਾਕੀ ਹੈ, ਵੋਟਰਾਂ ਨੇ ਕਹਿ ਦਿੱਤਾ, ਵੋਟ ਪਾਉਣੀ ਬਾਕੀ ਹੈ।